ਉਗੇ ਸਮਾਜ ਸੇਵੀ ਐਸ ਪੀ ਸਿੰਘ ਉਬਰਾਏ ਵੱਲੋਂ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਨੇ। ਉਹਨਾਂ ਦੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਈ ਥਾਵਾਂ 'ਤੇ ਮੈਡੀਕਲ ਲੈਬਾਂ ਖੋਲ੍ਹੀਆਂ ਗਈਆਂ ਨੇ ਤਾਂ ਜੋ ਜਿਹੜੇ ਲੋਕ ਮਹਿੰਗੇ ਹਸਪਤਾਲਾਂ ਜਾਂ ਫਿਰ ਮਹਿੰਗੀਆਂ ਲੈਬਾਂ ਵਿੱਚੋਂ ਟੈਸਟ ਨਹੀਂ ਕਰਾ ਸਕਦੇ ਉਹ ਲੋਕ ਸਰਬੱਤ ਦਾ ਭਲਾ ਦੀਆਂ ਲੈਬਾਂ ਤੋਂ ਟੈਸਟ ਕਰਾ ਸਕਣ। ਇਸੇ ਲੜੀ ਤਹਿਤ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਨਵੀਂ ਲੈਬ ਖੋਲ੍ਹੀ ਗਈ ਹੈ ਜਿਸ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਡਾਕਟਰ ਐਸ ਪੀ ਸਿੰਘ ਉਬਰਾਏ ਵੀ ਪਹੁੰਚੇ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਪਹਿਲਾਂ 50 ਲੈਬੋਰਟਰੀਆਂ ਦਾ ਫਿਰ 50 ਲੈਬੋਰਟਰੀਆਂ ਹੋਰ ਸੋ 100 ਲੈਬੋਰਟਰੀ ਸਾਡੀ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ 'ਚ ਇਹ ਸਾਡੀਆਂ ਖੁੱਲ੍ਹਣੀਆਂ ਨੇ। ਤਕਰੀਬਨ 70 ਕੁ ਲੈਬੋਰਟਰੀਆਂ ਖੁੱਲ੍ਹ ਚੁੱਕੀਆਂ ਆਲਰੇਡੀ ਆ ਜਿੱਥੇ ਲੈਬੋਰਟਰੀਆਂ ਹੈਗੀਆਂ ਜਾਂ ਕਲੈਕਸ਼ਨ ਸੈਂਟਰ ਹੋ ਗਏ ਸਾਰੇ। 8-10 ਲੈਬੋਰਟਰੀਆਂ ਸਾਡੀਆਂ ਹੁਣ ਇਹਨਾਂ ਦਿਨਾਂ 'ਚ ਖੁੱਲ੍ਹਣ ਜਾ ਰਹੀਆਂ ਨੇ। ਅੱਜ ਤਲਵੰਡੀ ਭਾਈ ਵਿੱਚ ਵੀ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਨੌਜਵਾਨ ਜਿਹੜੀ ਆਪਣੀ ਇੱਥੇ ਸਭਾ ਹੈਗੀ ਹੈ ਸੋ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਲੈਬੋਰਟਰੀ ਇੱਥੇ ਖੋਲ੍ਹੀ ਗਈ ਹੈ। ਔਰ ਮੈਂ ਫਸਟ ਟਾਈਮ ਮਿਲਿਆ ਵੈਸੇ ਆਪਣੇ ਸਭਾ ਦੇ ਸਾਰੇ ਮੈਂਬਰਾਂ ਨੂੰ। ਬੜਾ ਅੱਛਾ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਦੱਸਿਆ ਗਿਆ ਕਿ 93 ਵਿੱਚ ਇਹਨਾਂ ਨੂੰ ਇੱਥੇ ਇੱਕ ਤਲਾਬ ਮਿਲਿਆ ਸੀ, ਤਲਾਬ ਤੋਂ ਅੱਗੇ ਦੇਖੋ ਕਿੰਨਾ ਆਲੀਸ਼ਾਨ ਪਾਰਕ ਬਣਾ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਵ ਵੈਨ ਦੀ ਸੇਵਾ ਚੱਲ ਰਹੀ ਹੈ, ਐਂਬੂਲੈਂਸ ਦੀ ਸੇਵਾ ਚੱਲ ਰਹੀ ਹੈ। ਲੈਬੋਰਟਰੀ ਵੀ ਸਾਡੇ ਪ੍ਰਧਾਨ ਜਿਹੜੇ ਕਟਨਾ ਜੀ ਇਹਨਾਂ ਨੇ ਇਹਨਾਂ ਗੱਲਬਾਤ ਕੀਤੀ ਅਤੇ ਅੱਜ ਲੈਬੋਰਟਰੀ ਵੀ ਸਾਡੇ ਡਾਕਟਰ ਗਿੱਲ ਸਾਹਿਬ ਦੇ ਦੇਸ਼ਾਂ ਦੇ ਅਧੀਨ ਇਹ ਲੈਬੋਰਟਰੀ ਖੁੱਲ੍ਹ ਕੇ ਅਸੀਂ ਪਬਲਿਕ ਨੂੰ ਸਮਰਪਿਤ ਕਰ ਦਿੱਤੀ ਹੈ। ਸਰਬੱਤ ਦਾ ਭਲਾ ਬਾਕੀ ਵੀ ਸਾਰੇ ਪਾਸੇ ਕੰਮ ਕਰ ਰਹੇ ਹਨ। ਇੱਥੇ ਮੈਂ ਇਹ ਗੱਲ ਦੱਸਣੀ ਚਾਹਾਂਗਾ ਕਿ ਜਿਸ ਤਰ੍ਹਾਂ ਇਹ ਸਭਾ ਦੇ ਮੈਂਬਰ ਸਾਰੇ ਜਿਹੜੇ ਨੇ ਇਹ ਬੜਾ ਅੱਛਾ ਕੰਮ ਕਰ ਰਹੇ ਅਤੇ ਅਸੀਂ ਤੁਹਾਡੇ ਨਾਲ ਹਾਂ। ਬਿਲਕੁਲ ਕਿਸੇ ਵੀ ਚੀਜ਼ ਦੀ ਕਦੀ ਲੋੜ ਹੋਵੇ ਤਾਂ ਅਸੀਂ ਜ਼ਰੂਰ ਤੁਹਾਡੀ ਜਿਹੜੀ ਹੈਲਪ ਕਰਾਂਗੇ। ਸੋ ਇਸ ਤਰ੍ਹਾਂ ਦੀ ਲੈਬੋਰਟਰੀਆਂ ਸਾਡੀਆਂ ਅਜੇ ਹੋਰ ਖੁੱਲ੍ਹਣੀਆਂ ਨੇ। ਜਦੋਂ ਲੈਬੋਰਟਰੀ ਸਾਡੀਆਂ ਪੂਰੀਆਂ ਹੋ ਜਾਂਦੀਆਂ ਨੇ 100 ਲੈਬੋਰਟਰੀ ਸਾਡਾ ਟੀਚਾ, ਉਸ ਤੋਂ ਬਾਅਦ ਸਾਡੇ ਜਿੱਥੇ ਜਿੱਥੇ ਲੈਬੋਰਟਰੀ ਖੁੱਲ੍ਹ ਰਹੀ ਆ ਉੱਥੇ ਨਾਲ ਨਾਲ ਸਾਡੇ ਜਿਹੜੇ ਮੈਡੀਕਲ ਸਟੋਰ ਜਿਹੜੇ ਆ ਉਹ ਵੀ 100 ਦੇ 100 ਹੀ ਆਉਣਗੇ। ਔਰ ਉਹ ਅਸੀਂ ਤਕਰੀਬਨ ਇਸ ਸਾਲ ਦੇ ਵਿੱਚੋਂ 10 ਸਟੋਰ ਜਿਹੜੇ ਪਹਿਲਾਂ ਖੁੱਲ੍ਹਣ ਜਾ ਰਹੇ ਹਾਂ, ਫਿਰ 10-10 ਕਰਕੇ ਸਾਡੇ ਜਿਹੜੇ 100 ਸਟੋਰ ਆ ਪੂਰੇ ਹੋ ਜਾਣਗੇ। ਲੈਬੋਰਟਰੀਆਂ ਸਾਡੀਆਂ ਜਿਹੜੀਆਂ 100 ਨੇ ਉਹ 31 ਦਸੰਬਰ ਤੱਕ ਸਾਡੀਆਂ ਸਾਰੀਆਂ ਖੁੱਲ੍ਹ ਜਾਣਗੀਆਂ। ਇਹ 'ਚ ਤਕਰੀਬਨ ਸਾਰੇ ਟੈਸਟ ਹੈ ਔਰ ਜਿੱਦਾਂ ਤੁਸੀਂ ਰੇਟ ਲਿਸਟ ਦੇਖੋਗੇ ਕੋਈ 5 ਰੁਪਏ, ਕੋਈ 10 ਰੁਪਏ, ਕੋਈ 15, ਕੋਈ 20 ਰੁਪਏ ਦੇ ਟੈਸਟ ਨੇ। ਕੁਛ ਟੈਸਟ ਬਿਲਕੁਲ ਫਰੀ ਹੈਗੇ ਨੇ, ਕੁਛ ਟੈਸਟ ਅਸੀਂ ਬਾਹਰੋਂ ਕਰਾਉਂਦੇ ਹਾਂ ਜਿਹੜੇ ਸਾਨੂੰ ਬੰਬੇ ਭੇਜਣੇ ਪੈਂਦੇ, ਦਿੱਲੀ ਭੇਜਣੇ ਪੈਂਦੇ, ਲੇਕਿਨ ਉਹਦੇ ਵੀ ਸੈਂਪਲ ਇੱਥੇ ਹੀ ਲੈ ਜਾਂਦੇ ਨੇ। ਔਰ ਬਿਲਕੁਲ ਜਿਹੜੇ ਚਾਰਜਿਸ ਹੈਗੇ ਨੇ ਉਹ 10-12% ਹੈ। ਜਿਹੜੇ ਟੈਸਟ ਤੁਸੀਂ ਬਾਜ਼ਾਰ 'ਚ ਕਰਾਓਗੇ ਤੁਹਾਨੂੰ 3,500-4,000 ਰੁਪਏ ਲੱਗਦਾ, ਇੱਥੇ ਉਹ 320-330 ਰੁਪਏ ਤੁਹਾਡੇ ਸਾਰੇ ਟੈਸਟ ਜਿਹੜੇ ਹੋ ਜਾਂਦੇ ਆ। ਇਹ ਖੋਲ੍ਹੀ ਇਸ ਕਰਕੇ ਗਈ ਸੀ ਕਿ ਜਿਹੜਾ ਸਾਡਾ ਪੂਅਰ ਪੇਸ਼ੈਂਟ ਕਹਿ ਲਓ, ਜਿਹੜੇ ਟੈਸਟ ਨਹੀਂ ਕਰਾ ਸਕਦੇ, ਇਲਾਜ ਤਾਂ ਬਹੁਤ ਦੂਰ ਦੀ ਗੱਲ, ਉਹ ਟੈਸਟ ਕਰਾਉਣ ਜੋ ਕੋਈ ਪੈਸੇ ਨਹੀਂ ਸੀ ਉਹਨਾਂ ਕੋਲ, ਔਰ ਬਾਹਰ ਪੂਰੀ ਲੁੱਟ ਮੱਚੀ ਹੋਈ ਸੀ। ਇਸ ਕਰਕੇ ਇਹ ਅਸੀਂ ਸਟੈਪ ਚੁੱਕਿਆ ਸੀ ਕਿ ਲੈਬੋਰਟਰੀਆਂ ਖੋਲ੍ਹ ਕੇ ਅੱਜ ਜਗ੍ਹਾ ਜਗ੍ਹਾ ਸਾਡੀਆਂ ਲੈਬੋਰਟਰੀਆਂ ਨੇ। ਅਗਰ ਮਾਲਵੇ 'ਚ ਦੇਖਿਆ ਜਾਏ ਤਾਂ ਮੇਰਾ ਖਿਆਲ ਘੱਟੋ ਘੱਟ 20-25 ਦੇ ਉੱਤੇ ਸਾਡੀਆਂ ਲੈਬੋਰਟਰੀਆਂ ਸਿਰਫ ਮਾਲਵੇ 'ਚ ਖੁੱਲ੍ਹੀਆਂ ਹੋਈਆਂ ਨੇ। ਦੁਆਬਾ ਕਵਰ ਕੀਤਾ ਹੋਇਆ, ਮਾਝਾ ਸਾਰਾ ਕਵਰ ਹੋਇਆ, ਸੋ ਕਾਫੀ ਲੈਬੋਰਟਰੀ ਜਿਹੜੀਆਂ ਇੱਥੇ ਖੁੱਲ੍ਹ ਚੁੱਕੀਆਂ ਨੇ। ਹੁਣ ਵੀ ਜਿੱਥੇ ਕਿਤੇ ਲੋੜ ਹੁੰਦੀ ਹੈ ਸਾਡੇ ਡਾਕਟਰ ਸਾਹਿਬ ਗਿੱਲ ਸਾਹਿਬ ਜਾਂਦੇ ਨੇ, ਵਿਜ਼ਿਟ ਕਰਦੇ ਨੇ। ਔਰ ਅਗਰ ਅਸੀਂ ਮਹਿਸੂਸ ਕਰੀਏ ਕਿ ਇੱਥੇ ਲੋੜ ਹੈ ਲੈਬੋਰਟਰੀ ਦੀ, ਅਤੇ ਨਾਲ ਦੀ ਨਾਲ ਅਸੀਂ 1 ਮਹੀਨੇ ਦੇ ਅੰਦਰ ਅੰਦਰ ਲੈਬੋਰਟਰੀ ਉੱਥੇ ਖੋਲ੍ਹ ਦਿੰਦੇ ਹਾਂ। ਇਹ ਤੋਂ ਇਲਾਵਾ ਸਾਡੇ ਸਕੂਲਸ ਬੜੇ ਆ ਰਹੇ ਨੇ, ਵਿਡੋ ਪੈਨਸ਼ਨ ਸਕੀਮ ਹੈਗੀ ਹੈ, ਮਤਲਬ ਕਾਫੀ ਸਕੀਮਾਂ ਸਾਡੀਆਂ ਨੇ ਜਿਹੜੀਆਂ ਘਰ ਮੈਂ ਰੱਖਿਆ ਸੀ ਇੱਥੋਂ ਬਣਾਉਣੇ ਸ਼ੁਰੂ ਕੀਤੇ ਸੀਗੇ, ਅਤੇ ਸਾਰੀਆਂ ਸਕੀਮਾਂ ਸਾਡੀਆਂ ਚੱਲ ਰਹੀਆਂ ਨੇ। ਸਾਨੂੰ ਲੋੜ ਹੀ ਨਹੀਂ ਹੈ ਸਰਕਾਰ ਤੋਂ ਕਿਸੇ ਹੈਲਪ ਲੈਣ ਦੀ ਵੀ ਲੋੜ ਨਹੀਂ ਹੈ, ਅਤੇ ਨਾ ਹੀ ਅਸੀਂ ਕਦੀ ਉਹਨਾਂ ਨਾਲ ਮੁਕਾਬਲਾ ਕੀਤਾ ਕਦੀ। ਸਰਕਾਰਾਂ ਆਪਣਾ ਕੰਮ ਕਰੀ ਜਾਣ, ਅਸੀਂ ਆਪਣਾ ਕੰਮ ਕਰੀ ਜਾ ਰਹੇ ਹਾਂ, ਤਾਂ ਸਾਨੂੰ ਇਹੋ ਜਿਹਾ ਬੜਾ ਸਹਿਯੋਗ ਮਿਲ ਜਾਂਦਾ। ਦੇਖੋ ਅੱਜ ਸਾਡੇ ਕੋਲ 1400 ਮੈਂਬਰ ਨੇ ਸਾਡੇ ਟਰੱਸਟ ਦੇ, 88 ਆਫਿਸ ਨੇ ਸਾਡੇ, ਔਰ ਜਿੰਨੇ ਵੀ ਸਾਡੇ ਸੀਨੀਅਰ ਆਫਿਸਰ ਨੇ ਸਾਰੇ ਉਹ ਸਾਰੇ ਬਿਲਕੁਲ ਸੇਵਾ ਕਰ ਰਹੇ ਨੇ। ਆਪਣੀਆਂ ਗੱਡੀਆਂ ਜਾਂਦੇ ਨੇ, ਆਪਣਾ ਤੇਲ ਫੂਕਦੇ ਆ, 1 ਰੁਪਿਆ ਟਰੱਸਟ ਦੇ ਲੋਡ ਨਹੀਂ ਪਾਉਂਦੇ। ਸਿਰਫ ਸਾਡੇ 450 ਦੇ ਕਰੀਬ ਸਾਡੇ ਜਿਹੜੇ ਸੈਲਰੀ ਪੇਡ ਬੰਦੇ ਨੇ ਉਹਨਾਂ ਨੂੰ ਟਰੱਸਟ ਜਿਹੜਾ ਉਹ ਪੇ ਕਰ ਰਹੇ ਆ। ਉਹਨਾਂ ਵਿੱਚ ਸਾਡੇ ਜਿੱਦਾਂ ਕੰਪਿਊਟਰ ਸੈਂਟਰ ਨੇ, ਸਿਲਾਈ ਸੈਂਟਰ ਚੱਲ ਰਹੇ, ਸਾਡੀਆਂ ਲੈਬੋਰਟਰੀਜ਼ ਚੱਲ ਰਹੀਆਂ ਨੇ। ਹੁਣ 100 ਲੈਬੋਰਟਰੀਜ਼ ਹੋ ਗਈ ਅਤੇ ਤਕਰੀਬਨ ਕਿਤੇ 3 ਕਿਤੇ 4 ਟੈਕਨੀਸ਼ੀਅਨ ਨੇ, ਸੋ 400 ਬੰਦਾ ਤਾਂ ਇਹੀ ਹੋ ਜਾਂਦਾ। ਇਸ ਤੋਂ ਇਲਾਵਾ 150-200 ਸਾਡੇ ਕੰਪਿਊਟਰ ਸੈਂਟਰ, ਸਿਲਾਈ ਸੈਂਟਰ ਦੇ ਬੰਦੇ ਹੋ ਗਏ। ਸੋ ਇਹ ਜਿਹੜੇ ਸਾਡੇ ਸਟਾਫ ਜਿਹੜਾ ਸਾਡਾ ਵੱਧਦਾ ਜਾ ਰਿਹਾ, ਉਹੀ ਸਾਡਾ ਸੈਲਰੀ ਪੇਡ ਹੈ। ਔਰ ਉਹਦੀਆਂ ਜਿਹੜੀ ਸੈਲਰੀ ਸਾਰੀਆਂ ਟਰੱਸਟ ਬਿਲਕੁਲ ਟਾਈਮ ਦੇ ਉੱਤੇ ਔਰ ਅੱਛੀ ਸੈਲਰੀ ਦੇ ਰਹੇ ਹਾਂ। ਸਾਡੀਆਂ 2 ਚੀਜ਼ਾਂ ਦਾ ਖਿਆਲ ਸੀ, ਉਹ ਅਸੀਂ ਮੈਂ ਅਤੇ ਡਾਕਟਰ ਸਾਹਿਬ ਨੇ ਡਿਸਕਸ ਕੀਤਾ ਸੀ ਕਿ ਅਸੀਂ ਜਿੱਥੇ ਵੀ ਲੈਬੋਰਟਰੀ ਖੋਲ੍ਹਣੀ, ਸਾਡੀ ਮਸ਼ੀਨਰੀ ਨੰਬਰ 1 ਚਾਹੀਦੀ ਹੈ, ਲੇਟੈਸਟ ਮਸ਼ੀਨਰੀ ਸਾਡੀ, ਅਤੇ ਟੈਕਨੀਸ਼ੀਅਨ ਸਾਡੇ ਜਿਹੜੇ ਵੈਲ ਕੁਆਲੀਫਾਈਡ ਚਾਹੀਦੇ, ਤਾਂ ਜੋ ਅਸੀਂ ਕੱਲ੍ਹ ਜਿਹੜਾ ਸਾਡਾ ਕੋਈ ਮੁਕਾਬਲਾ ਕਰਨ। ਔਫਕੋਰਸ ਜਿਹੜੀਆਂ ਲੈਬੋਰਟਰੀਆਂ 'ਤੇ ਫਰਕ ਪੈ ਰਿਹਾ ਤਾਂ ਉਹ ਥੋੜ੍ਹੇ ਜਿਹੇ ਤੋਂ ਔਖੇ ਹੋਣਗੇ ਉਹ, ਅਤੇ ਇਹ ਵੀ ਕੋਸ਼ਿਸ਼ ਕਰਨਗੇ ਕਿ ਇਹਨਾਂ ਲੈਬੋਰਟਰੀਆਂ ਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾਵੇ। ਸੋ ਅਸੀਂ ਉਹ ਗੁੰਜਾਇਸ਼ ਛੱਡੀ ਹੀ ਨਹੀਂ, ਸਾਡੇ ਕੋਈ ਵੀ ਟੈਸਟ ਕਰਾ ਲਓ, ਜਿੱਥੇ ਮਰਜ਼ੀ ਤੁਸੀਂ ਉਹਨਾਂ ਕੰਪੇਅਰ ਕਰਕੇ ਦੇਖੋਗੇ ਨਾ, ਤਾਂ ਸਾਡੇ ਟੈਸਟ ਬਿਲਕੁਲ ਉਹ ਜੈਨੂਅਰ ਔਰ ਬਿਲਕੁਲ ਠੀਕ ਨਿਕਲਣਗੇ। ਡਾਕਟਰ ਦਲਜੀਤ ਸਿੰਘ ਗਿੱਲ, ਹੈਲਥ ਐਡਵਾਈਜ਼ਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ। ਡਾਕਟਰ ਸਾਹਿਬ ਅੱਜ ਤਲਵੰਡੀ ਭਾਈ ਵਿੱਚ
ਸਰਬੱਤ ਦਾ ਭਲਾ ਚਰਚਾ ਟਰੱਸਟ ਵੱਲੋਂ ਲੈਬ ਜਿਹੜੀ ਖੋਲ੍ਹੀ ਜਾ ਰਹੀ ਆ, ਇਸ ਵਿੱਚ ਕਿਹੜੇ ਕਿਹੜੇ ਟੈਸਟ ਜਿਹੜੇ ਆ ਉਹ ਕੀਤੇ ਜਾ ਰਹੇ? ਜਿਹੜੀਆਂ ਲੈਬੋਰਟਰੀਆਂ ਖੋਲ੍ਹੀਆਂ ਜਾ ਰਹੀਆਂ ਨੇ, ਇਹ ਡਾਕਟਰ ਐਸ ਪੀ ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਹੜੇ ਹੈਗੇ ਨੇ ਉਹਨਾਂ ਦੀ ਰਹਿਨਮਾਈ 'ਚ ਖੋਲ੍ਹੀਆਂ ਜਾ ਰਹੀਆਂ ਨੇ। ਸਾਡੀ ਲੈਬੋਰਟਰੀਆਂ 'ਚ ਜਿੰਨੇ ਵੀ ਖੂਨ ਦੇ ਟੈਸਟ, ਪਿਸ਼ਾਬ, ਵੀਰਸ ਟੈਸਟ, ਜਿੰਨਾ ਕੋਈ ਪਾਸੋਈ, ਹਰ ਇੱਕ ਟੈਸਟ ਇੱਥੇ ਹੋਣਗੇ। ਕੁਛ ਟੈਸਟ ਇੱਥੇ ਹੁੰਦੇ ਨੇ, ਕੁਛ ਟੈਸਟ ਅਸੀਂ ਦਿੱਲੀ ਜਾਂ ਬੰਬੇ ਉਹਨਾਂ ਫਰਮ ਨਾਲ ਕੀਤਾ ਹੋਇਆ। ਇਹਦੇ ਸਾਡੇ ਮਿਨੀਮਮ ਟੈਸਟ ਰੱਖੇ ਹੋਏ ਨੇ, ਜਿੱਦਾਂ ਹੁਣ ਈ ਸੀ ਜੀ ਹੈ, ਜੇ ਤੁਸੀਂ ਗੌਰਮੈਂਟ ਹਸਪਤਾਲ ਜਾਓਗੇ 60 ਰੁਪਏ ਦਾ ਹੋਏਗਾ, ਪਰ ਸਾਡੀ ਕਿਸੇ ਲੈਬੋਰਟਰੀ 'ਚ ਹੈ, ਪਟਨਾ ਸਾਹਿਬ ਜਾਓ ਚਾਹੇ ਪਾਉਂਟਾ ਸਾਹਿਬ ਜਾਓ ਚਾਹੇ ਗੰਗਾਨਗਰ ਜਾਓ ਚਾਹੇ ਇੱਥੇ, ਹੁਣ 20 ਰੁਪਏ 'ਚ ਹੋਏਗਾ, ਲੇਟੈਸਟ ਮਸ਼ੀਨਾਂ ਨੇ। ਇਸ ਤਰ੍ਹਾਂ ਸੀ ਬੀ ਸੀ 50 ਰੁਪਏ, ਥਾਇਰਾਇਡ ਦਾ ਟੈਸਟ ਹੁੰਦੇ ਨੇ ਸਾਰਾ 95 ਰੁਪਏ 'ਚ ਹੋਏਗਾ, ਜਿਹੜਾ ਬਾਹਰ ਹੁੰਦੇ ਨੇ ਕੋਈ 400, 500, 600, 700 ਲੈਂਦੇ ਨੇ। ਸਾਡੇ ਇਹੀ ਰੱਖੇ ਨੇ ਕਿ ਨੋ ਪ੍ਰੋਫਿਟ ਨੋ ਲੋ ਵਾਸਤੇ ਚੰਗੇ ਚੰਗੇ ਟੈਸਟ, ਜਿਹੜੇ ਕੋਈ ਵੀ ਹੈਗਾ ਚੰਗੀਆਂ ਲੈਬੋਰਟਰੀਆਂ ਬਾਹਰ ਤੋਂ ਹੈਗਾ। ਐਕੂਪ੍ਰੋਵ ਹੈ ਦਿੱਲੀ ਦੀ ਹੈ, ਉਹਦੇ ਨਾਲ ਸਾਡਾ ਸਮਝੌਤਾ ਹੋਇਆ ਹੋਇਆ, ਜਿਹੜੇ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਹਾਂ ਸਿਰਫ ਸਾਡੇ 20 ਰੁਪਏ ਕਲੈਕਸ਼ਨ ਚਾਰਜ, ਜਿਹੜਾ ਰੇਟ ਦੇ ਉੱਤੇ ਲਿਖ ਕੇ ਲਾਇਆ ਹੋਇਆ। ਇਸ ਤੋਂ ਕੋਈ ਵੱਧ ਨਹੀਂ ਲਏਗਾ ਵਿਦਆਊਟ ਰਸੀਦ ਤੋਂ। ਕਿਸੇ ਨੂੰ ਸਾਰਿਆਂ ਨੂੰ ਇਹੀ ਕਹਿਣਾ ਤੁਸੀਂ ਇੱਕ ਕਿ ਰਸੀਦ ਲੈ ਕੇ ਜਾਣ, ਅਤੇ ਇਸ ਸਾਲ ਬਾਹਰ ਲਿਖੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਸ ਰੇਟ 'ਤੇ ਸਾਡੇ ਟੈਸਟ ਹੋ ਰਹੇ ਨੇ। ਕੋਈ ਵੀ ਜੇ ਕਿਸੇ ਨੂੰ ਪ੍ਰੋਬਲਮ ਹੋਵੇ, ਮੇਰਾ ਨੰਬਰ ਹਰ ਇੱਕ ਜਗ੍ਹਾ ਲਿਖਿਆ ਹੋਇਆ ਹੈਗਾ ਕਿ ਮੈਨੂੰ ਕਰ ਸਕਦੇ ਹਾਂ ਕੋਈ ਇੱਥੇ ਪ੍ਰੋਬਲਮ ਆਵੇ ਕਿ ਰਿਪੋਰਟਿੰਗ ਤੁਹਾਨੂੰ ਟਾਈਮ ਸਿਰ ਮਿਲਦੀ ਆ ਕਿਸੇ, ਇਹ ਜ਼ਰੂਰ ਦੱਸਣਾ। ਅਤੇ ਇਸ ਕਰਕੇ ਅਸੀਂ ਸਾਡਾ ਇਹੀ ਹੈ ਕਿ ਘੱਟ ਤੋਂ ਘੱਟ ਲੋਕ ਘੱਟ ਪੈਸਿਆਂ 'ਚ ਕਰਾ ਲੈਣ, ਤਾਂ ਕਿ ਉਨਾ ਹੀ ਲੋਕਾਂ ਨੂੰ ਫਾਇਦਾ ਹੋਵੇ ਅਤੇ ਟਰੱਸਟ ਅੱਗੇ ਤੋਂ ਵੀ ਜਿੱਥੇ ਵੱਧ ਤੋਂ ਵੱਧ ਸਹਿਯੋਗ ਦਿੰਦਾ ਰਹੇਗਾ। ਥੈਂਕ ਯੂ ਵੈਰੀ ਮੱਚ।